ਇਹ ਗੁਰਦੁਆਰਾ ਭਾਈ ਬਾਲਾ ਸੰਧੂ ਜੀ ਹੈ, ਪਿੰਡ ਬੰਗਲਾ ਪਡੋਰਾ ਸ਼ਿਵਪੁਰੀ ਮੱਧ ਪ੍ਰਦੇਸ਼ ਵਿੱਚ ਪੈਂਦਾ ਹੈ। ਦੱਸਦੇ ਹਨ ਕਿ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ 'ਤੇ ਠਹਿਰੇ ਸਨ ਅਤੇ ਨੇੜੇ ਪੈਂਦੇ ਇੱਕ ਖੂਹ ਤੋਂ ਮਰਦਾਨਾ ਜੀ ਨੇ ਜਲ ਲਿਆ ਕੇ ਉਹਨਾਂ ਨੂੰ ਛਕਾਇਆ ਸੀ। ਇਹ ਉਹ ਇਤਿਹਾਸਕ ਖੂਹ ਹੈ ਜਿਸ ਜਗ੍ਹਾ ਤੋਂ ਮਰਦਾਨੇ ਨੇ ਗੁਰੂ ਮਹਾਰਾਜ ਨੂੰ ਜਲ ਲਿਆ ਕੇ ਛਕਾਇਆ ਸੀ।
गुरुद्वारा गुरु नानक साहब जी धुलिया है।